ਪਾਕਿਸਤਾਨ ਪੰਜਾਬੀ ਕੰਪ੍ਰੈਸਤਾں ਦੇ ਸਭ ਤੋਂ ਵੱਡੇ ਨੈਟਵਰਕ ਪੰਜਾਬੀ ਨੈਸ਼ਨਲਿਸਟ ਫੋਰਮ ਵੱਲੋਂ ਜੀ ਆਇਆਂ ਨੂੰ ਪੰਜਾਬੀ ਨੈਸ਼ਨਲਿਸਟ ਫੋਰਮ ਪੀਐਨਐਫ ਦੀ ਲੀਡਰਸ਼ਿਪ ਨਾਲ ਮੁਲਾਕਾਤ ਦੇ ਸ਼ੌਕ ਵਾਲੇ ਪੰਜਾਬੀ ਕੀ ਕਰਨ ਪੰਜਾਬੀ ਨੈਸ਼ਨਲਿਸਟ ਫੋਰਮ ਪੀਐਨਐਫ ਦੀ ਲੀਡਰਸ਼ਿਪ ਆਪਸ ਵਿੱਚ ਰਾਪਤੇ ਵਿੱਚ ਰਹਿੰਦੀ ਹੈ ਪੀਐਨਐਫ ਦੀ ਲੀਡਰਸ਼ਿਪ پابੰਦੀ ਨਾਲ ਮੀਟਿੰਗਸ ਕਰਦੀ ਹੈ ਪੀਐਨਐਫ ਦੀ ਲੀਡਰਸ਼ਿਪ ਦੀ ਪਰਸਨੈਲਿਟੀ ਗ੍ਰੋਮਿੰਗ ਵੀ ਕੀਤੀ ਜਾਂਦੀ ਹੈ ਪੀਐਨਐਫ ਦੀ ਲੀਡਰਸ਼ਿਪ ਦੀ ਇੰਟੈਲੈਕਚੁਅਲ ਐਬਿਲਿਟੀ ਤੇ ਲੀਡਰਸ਼ਿਪ ਕੈਪੇਬਿਲਿਟੀ ਵੀ ਵਧਾਈ ਜਾਂਦੀ ਹੈ PNF ਦੀ ਲੀਡਰਸ਼ਿਪ ਨੂੰ ਸਾਇੰਸੀ ਬੁਨਿਆਦ ਤੇ ਸਿਆਸੀ ਨਰੇਟਿਵ ਬਣਾਉਣ ਤੇ ਨੈਟਵਰਕਿੰਗ ਕਰਨ ਦੀ تربیت ਵੀ ਦਿੱਤੀ ਜਾਂਦੀ ਹੈ ਪੰਜਾਬੀ ਨੈਸ਼ਨਲਿਸਟ ਫੋਰਮ PNF ਦਾ ਨਰੇਟਿਵ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਆ ਪੜ ਰਿਹਾ ਹੈ ਜਦਕਿ PNF ਸਾਰੇ ਪਾਕਿਸਤਾਨ ਵਿੱਚ ਸੈਂਟਰਲ ਸੈਕਸ਼ਨ ਤੇ ਜ਼ੋਨ ਦੀ ਸਤ੍ਹਾ ਤੇ ਨੈਟਵਰਕ ਬਣਾਉਣ ਤੋਂ ਬਾਅਦ ਸਾਰੇ ਪਾਕਿਸਤਾਨ ਵਿੱਚ ਡਿਸਟ੍ਰਿਕਟ ਦੀ ਸਤ੍ਹਾ ਤੇ ਨੈਟਵਰਕਿੰਗ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਆਪਸ ਵਿੱਚ ਰابطਾ ਕਰਨਾ ਸੋਖਾ ਹੈ ਜਾਂ ਗਰਾਊਂਡ ਤੇ ਆਪਸ ਵਿੱਚ ਰابطਾ ਕਰਨਾ ਸੋਖਾ ਹੈ ਸੋਸ਼ਲ ਮੀਡੀਆ ਤੇ ਨਰੇਟਿਵ ਬਣਾਉਣ ਜਾਂ ਸਮਝਣ ਵਿੱਚ ਦਿਲਚਸਪੀ ਨਾ ਲੈਣ ਵਾਲੇ ਪੰਜਾਬੀਆਂ ਨੇ ਗਰਾਊਂਡ ਤੇ ਕੀ ਸੈਸੀ ਕੰਮ ਕਰ ਲੈਣਾ ਹੈ ਗਰਾਊਂਡ ਤੇ ਸੈਸੀ ਕੰਮ ਕਰਨ ਦੇ ਖੁਆਇਸ਼ਮੰਦ ਪੰਜਾਬੀਆਂ ਨੇ ਨਰੇਟਿਵ ਨੂੰ ਸਮਝੇ ਬਗੈਰ ਤੇ ਨੈਟਵਰਕਿੰਗ ਕਰਨ ਦੇ ਬਜਾਏ ਸਿਰਫ ਆਪਣਾ ਰਾਝਾ ਰਾਜੀ ਕਰਨ ਦੇ ਲਈ ਹੱਲਾ ਗੁੱਲਾ ਤੇ ਸ਼ੋਰ ਸ਼ਰਾਬਾ ਹੀ ਕਰਨਾ ਹੈ ਜ਼ਿੰਦਗੀ 'ਚ ਸਭ ਤੋਂ ਕੀਮਤੀ ਚੀਜ਼ ਵਕਤ ਹੁੰਦਾ ਹੈ ਤੇ ਜੇ ਜ਼ਿੰਦਗੀ ਖਰਾਬ ਕਰਨੀ ਹੋਵੇ ਤੇ ਫਿਰ ਵਕਤ ਖਰਾਬ ਕਰੋ ਜਿਹੜੇ ਵਕਤ ਖਰਾਬ ਕਰਦੇ ਨੇ ਉਹ ਜ਼ਿੰਦਗੀ ਖਰਾਬ ਕਰਦੇ ਨੇ ਵਕਤ ਨੂੰ ਮਕਸਦ ਲਈ ਇਸਤੇਮਾਲ ਕਰਨਾ ਚਾਹੀਦਾ ਹੈ ਵਕਤ ਨੂੰ ਬੇਮਕਸਦ ਕੰਮ ਕਰਨ ਤੇ ਬੇਕਾਰ ਲੋਕਾਂ ਨਾਲ ਮਿਲਣ ਵਰਤਨ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ ਸਿਆਸੀ ਨਰੇਟਿਵ ਤੋਂ ਬਗੈਰ ਨੈਟਵਰਕਿੰਗ ਕਰਨ ਨਾਲ ਲੋਕਾਂ ਦਾ ਹਜੂਮ ਇਕੱਠਾ ਹੋਇਆ ਕਰਦਾ ਹੈ ਪਰ ਤਨਜ਼ੀਮ ਨਹੀਂ ਬਣਾਈ ਜਾ ਸਕਦੀ ਸਿਆਸੀ ਕਾਮਯਾਬੀ ਦੇ ਲਈ ਸਿਆਸੀ ਨਰੇਟਿਵ ਤੇ ਨੈਟਵਰਕ ਦੇ ਲੋਡ ਹੁੰਦੀ ਹੈ ਇਸ ਲਈ ਜਿਹੜੇ ਪੰਜਾਬੀ ਨਾ ਤੇ ਸਿਆਸੀ ਨਰੇਟਿਵ ਤੇ ਨੈਟਵਰਕ ਬਣਾ ਕੇ ਪੰਜਾਬੀ ਕੌਮ ਪ੍ਰਸਤੀ ਦਾ ਕੰਮ ਕਰਦੇ ਨੇ ਤੇ ਨਾ ਕਿਸੇ ਪੰਜਾਬੀ ਕੌਮ ਪ੍ਰਸਤ ਨੈਟਵਰਕ ਚ ਸ਼ਾਮਿਲ ਹੋ ਕੇ ਪੰਜਾਬੀ ਕੌਮ ਪ੍ਰਸਤ ਦਾ ਕੰਮ ਕਰਦੇ ਨੇ ਪਰ ਪੀਐਨਐਫ ਦੀ ਲੀਡਰਸ਼ਿਪ ਨੂੰ ਗਰਾਉਂਡ ਤੇ ਕੰਮ ਕਰਨ ਦਫ਼ਤਰ ਖੋਲਣ ਤੇ ਮੁਲਾਕਾਤ ਕਰਨ ਤੇ مشਵਰੇ ਦਿੰਦੇ ਨੇ ਇਨ੍ਹਾਂ ਪੰਜਾਬੀਆਂ ਦਾ ਸ਼ੌਕ ਪੂਰਾ ਕਰਨ ਲਈ ਪੀਐਨਐਫ ਲੋ ਸੈਂਟਰਲ ਲੀਡਰਸ਼ਿਪ ਸੈਕਸ਼ਨਲ ਲੀਡਰਸ਼ਿਪ ਜ਼ੋਨਲ ਲੀਡਰਸ਼ਿਪ ਬਣਾਉਣ ਤੋਂ ਬਾਅਦ ਡਿਸਟ੍ਰਿਕਟ ਲੀਡਰਸ਼ਿਪ ਬਣਾਉਣ ਦੇ ਨਾਲ ਤਾਂ ਤਹਿਸੀਲ ਲੀਡਰਸ਼ਿਪ ਦੇ ਯੂਨੀਅਨ ਕਾਉਂਸਲ ਲੀਡਰਸ਼ਿਪ ਬਣਾਉਣਾ ਸ਼ੁਰੂ ਕਰਨ ਤੋਂ ਬਾਅਦ ਪੀਐਨਐਫ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਾ ਸ਼ੁਰੂ ਕਰਵਾ ਦਿੱਤੀ ਜਾਏਗੀ ਪੀਐਨਐਫ ਦੀ ਲੀਡਰਸ਼ਿਪ ਨਾਲ ਮੁਲਾਕਾਤ ਦੇ ਸ਼ੌਕ ਵਾਲੇ ਪੰਜਾਬੀਆਂ ਨੂੰ ਪੀਐਨਐਫ ਦੀ ਯੂਨੀਅਨ ਕੌਂਸਲ ਲੀਡਰਸ਼ਿਪ ਨਾਲ ਮੁਲਾਕਾਤ ਕਰਕੇ ਗੱਪਸ਼ਪ ਕਰਨ ਲਈ 10000 ਰੁਪਏ ਮਾਹਨਾਵਲਾ yellow card ਵਾਲਾ ਪੀਐਨਐਫ ਯੂਨੀਅਨ ਕੌਂਸਲ ਮੈਂਬਰ ਬੰਨਣਾ ਪਵੇਗਾ ਪੀਐਨਐਫ ਦੀ ਤਹਿਸੀਲ ਲੀਡਰਸ਼ਿਪ ਦੇ ਨਾਲ ਮੁਲਾਕਾਤ ਕਰਕੇ ਗੱਪਸ਼ਪ ਕਰਨ ਲਈ 25000 ਰੁਪਏ ਮਾਹਨਾਵਲਾ blue card ਵਾਲਾ ਪੀਐਨਐਫ ਤਹਿਸੀਲ ਮੈਂਬਰ ਬੰਨਣਾ ਪਵੇਗਾ ਪੀਐਨਐਫ ਦੀ ਡਿਸਟ੍ਰਿਕਟ ਲੀਡਰਸ਼ਿਪ ਨਾਲ ਮੁਲਾਕਾਤ ਕਰਕੇ ਗੱਪਸ਼ਪ ਕਰਨ ਲਈ 50000 ਵਾਲਾ ਮਾਹਨਾਵਲਾ red card ਵਾਲਾ ਪੀਐਨਐਫ ਡਿਸਟ੍ਰਿਕਟ ਮੈਂ पीएनएफ की जोनल लीडरशिप ना मुलाकात करके गपशप करने एक लाख रुपए वाला महाना ग्रीन कार्ड वाला पीएनएफ मेंबर बनना पवेगा पीएनएफ की सेक्शन लीडरशिप ना मुलाकात करके गपशप करने दो लाख पचास हजार रुपए वाला ब्लैक कार्ड वाला पीएनएफ सेक्शन मेंबर बनना पवेगा पीएनएफ की सेंट्रल लीडरशिप ना मुलाकात करके गपशप करने पांच लाख रुपए महाना वाला ब्लैक कार्ड वाला पीएनएफ सेंट्रल मेंबर बनना पवेगा